ਡੀ ਜ਼ੋਨ ਦੇ ਬਾਹਰ, ਉਹ ਹੀਬੀ 'ਚੋਂ ਕੌਫੀ ਪੀ ਕੇ ਬਾਹਰ ਨਿਕਲ ਰਹੇ ਸੀ ਤਿੰਨ ਫਰੈਂਡ ਸੀਗੇ, ਅਤੇ ਇੱਕਦਮ ਕਿਸੇ ਗੱਡੀ ਨੇ ਇਹਨਾਂ ਦਾ ਪਿੱਛਾ ਕੀਤਾ, ਇਹਨਾਂ ਨੂੰ ਐਂ ਲੱਗਿਆ ਵੀ ਕੋਈ ਗੱਡੀ ਪਿੱਛਾ ਕਰ ਰਹੀ ਹੈ, ਅਤੇ ਇਹਨਾਂ ਨੇ ਦੇਖਿਆ ਅਤੇ ਇਹਨਾਂ 'ਚ ਨਾਲ ਲਿਆ ਕੇ ਉਹਨਾਂ ਨੇ ਗੱਡੀ ਮਾਰੀ, ਅਤੇ ਦੋ ਤਿੰਨ ਵਾਰੀ ਅੱਛੀ ਤਰ੍ਹਾਂ ਗੱਡੀ ਮਾਰੀ ਅਤੇ ਬਿਲਕੁਲ ਗੱਡੀ ਡੈਮੇਜ ਕਰਤੀ, ਫਿਰ ਉਹਨਾਂ ਨੇ ਨਾਲ ਹੀ ਫਾਇਰਿੰਗ ਸ਼ੁਰੂ ਕਰਤੀ, ਉਹਨਾਂ ਨੇ ਅੰਧਾਧੁੰਦ ਫਾਇਰਿੰਗ ਕੀਤੀ ਇਹਨਾਂ 'ਤੇ ਨਾ, ਅਤੇ ਇਹ ਨਹੀਂ ਪਤਾ ਕਾਫੀ ਗੋਲੀਆਂ ਚੱਲੀਆਂ, ਅਤੇ ਗੋਲੀਆਂ ਅਜੇ ਵੀ ਗੱਡੀ ਦੇ ਵਿੱਚ ਨੇ, ਇੱਕ ਨੀਚੇ ਵੀ ਹੈ ਗੱਡੀ ਦੀ ਡੋਰ 'ਤੇ ਵੀ ਲੱਗੀ ਹੋਈ ਹੈ, ਸਾਰੇ ਸ਼ੀਸ਼ੇ ਸ਼ੂਸ਼ੇ ਸਭ ਡੈਮੇਜ ਹੋ ਗਏ, ਅਤੇ ਇਹਨਾਂ ਨੇ ਪਹਿਲਾਂ ਵੀ ਫਾਇਰਿੰਗ ਕੀਤੀ ਸੀ, ਉਹ 'ਚ ਦੋ ਮੁੰਡਿਆਂ ਨੂੰ ਪਹਿਲਾਂ ਗੋਲੀ ਲੱਗੀ ਸੀ ਅਤੇ ਉਹ ਫੜੇ ਨਹੀਂ ਗਏ, ਇਸ ਲਈ ਉਹਨਾਂ ਦੇ ਜ਼ਿਆਦਾ ਹੀ ਹੌਸਲੇ ਬੁਲੰਦ ਹੋਏ ਹੋਏ ਆ ਵੀ ਕੋਈ ਕਾਰਵਾਈ ਨਹੀਂ ਹੋਈ। ਗੋਲੀਆਂ ਵਿੱਚ ਹੀ ਹੈ ਜੀ, ਜੋ ਵੀ ਹਲੇ ਹੋਰ ਲੱਗੇ ਜੀ। ਅੱਜ ਮੇਰਾ ਬੇਟਾ ਆਪਣੇ ਗੈਰੀ ਭਾਰਦਵਾਜ ਆਪਣੇ ਦੋ ਦੋਸਤਾਂ ਨਾਲ ਜਦੋਂ ਸਰਾਬਾ ਨਗਰ ਅਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਰਣਜੀਤ ਸਿੰਘ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਨਾਲ ਮੁੜਿਆ, ਉਹਦੇ ਬਰਾਬਰ ਆ ਗਈ ਗੱਡੀ ਆਈ ਅਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ, ਰਾਈਟ ਵੱਲ ਦੇਖਿਆ, ਇੰਨੇ 'ਚ ਉਹਨੇ ਗੰਨ ਕੱਢੀ ਹੋਈ ਸੀ, ਉਹਨੇ ਫਾਇਰਿੰਗ ਕਰਤੀ, ਇਹਨੇ ਗੱਡੀ ਦੇ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ, ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜ਼ੇ 'ਚ ਵੱਜੀਆਂ, ਸ਼ੀਸ਼ਾ ਤੋੜ ਕੇ, ਅਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਅਤੇ ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਪਿੱਛੇ ਦੁਬਾਰਾ, ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ, ਉੱਥੋਂ ਨਿਕਲ ਗਏ। ਉਹਦੇ ਅੱਗੇ ਦੋ ਜਿਹੜੇ ਜਾਣੇ ਸੀ ਉਹਨਾਂ ਨੂੰ ਪਹਿਚਾਣਦੇ, ਬਾਈ ਨੇਮ ਵੀ ਜਾਣਦੇ ਨੇ, ਉਹਨਾਂ ਦੀ ਫੋਟੋ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਨੇ, ਅਤੇ ਉਹ ਗੱਡੀ ਕਿਹੜੀ ਸੀਗੀ, ਵਾਈਟ ਬਰੀਜ਼ਾ ਵਾਈਟ ਗੱਡੀ ਸੀ, ਅਤੇ ਪਿੱਛੇ ਤਿੰਨ ਚਾਰ ਜਾਣੇ ਸੀ, ਫੁੱਲ ਗੱਡੀ ਫੁੱਲ ਸੀ ਜੀ। ਇੱਕ ਆਰਿਅਨ ਹੈ ਲੜਕਾ, ਇੱਕ ਆਰਿਅਨ ਹੈ ਜੀ, ਇੱਕ ਦੀਪਾ ਪੂਰਾ, ਇੱਕ ਦੀਪਾ ਪੂਰਾ ਜੀ, ਰਣਜੀਸ਼ ਪ੍ਰਾਣੇ ਜੀ, ਕੋਈ ਨਹੀਂ ਗੀ, ਰਣਜੀਸ਼ ਕੋਈ ਨਹੀਂ ਜੀ। ਮਾਲ ਟਾਊਨ ਪਹਿਲਾਂ ਇਹਦੇ ਦੋਸਤਾਂ ਅਤੇ ਇਹਦੇ ਗੈਰੀ ਭਾਰਦਵਾਜ 'ਤੇ ਫਾਇਰਿੰਗ ਹੋਈ ਸੀ, ਜਿਹ 'ਚ ਇਹ ਗਵਾਹ ਸੀਗਾ ਉਸ ਕੇਸ 'ਚ, ਇਹਦੇ ਨਾਲ ਦੇ ਦੋਸਤਾਂ ਨੂੰ ਦੋ ਇੱਕ ਨੂੰ ਦੋ ਗੋਲੀਆਂ ਨੇ ਗੋਲੀ ਲੱਗੀ ਸੀ, ਉਹ 'ਚੋਂ ਜਿਹੜੇ 6 ਬਾਈ ਨੇਮ ਸੀਗੇ, 20 ਬੰਦੇ ਦੂਜੇ ਸੀਗੇ, ਉਹ 'ਚ ਬਾਈ ਨੇਮ ਵਾਲਾ ਕੋਈ ਨਹੀਂ ਫੜਿਆ ਗਿਆ, ਅਣਜਾਣ ਤਿੰਨ ਚਾਰ ਅਰੈਸਟ ਹੋਏ ਨੇ, ਉਹਨਾਂ ਦੀ ਜ਼ਮਾਨਤਾਂ ਹੋ ਗਈਆਂ ਨੇ, ਉਹ ਇਹਨਾਂ ਨੂੰ ਦੁਬਾਰਾ ਮਾਰਨ ਨੂੰ ਫਿਰਦੇ ਨੇ। ਚਾਹੁੰਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਾਨੂੰਨ ਆਪਣਾ ਕੰਮ ਕਰੇ, ਕੰਟਰੀ ਭੱਜ ਜਾਂਦੇ ਨੇ, ਕੋਈ ਕਾਰਵਾਈ ਨਹੀਂ ਹੋਈ। ਇਹ ਮਾਮਲਾ ਇੰਸੀਡੈਂਟ ਹੋਇਆ ਆਪਣੇ ਜੂਨ ਡੀ ਜਿਹੜਾ ਕੋਪਰੇਸ਼ਨ ਦਫ਼ਤਰ ਦੇ ਨੇੜੇ ਹੋਇਆ, ਅਤੇ ਇੱਕ ਗੈਰੀ ਭਾਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ, ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ 'ਤੇ ਫਾਇਰਿੰਗ ਕੀਤੀ ਹੈ। ਠੀਕ ਹੈ, ਇਹ ਬਾਕੀ ਵੈਰੀਫਾਈ ਕਰ ਰਹੇ ਇਹਨਾਂ ਦੇ, ਇੱਕ ਦੋ ਬੰਦਿਆਂ ਨਾਲ ਰਹੇ ਪਹਿਲਾਂ ਹੋਇਆ ਵਾ ਇਹਨਾਂ ਦਾ ਪਰਚਾ ਵਗੈਰਾ, ਉਹਦਾ ਵੈਰੀਫਾਈ ਕਰ ਰਹੇ ਆ, ਇਹਨਾਂ ਨੂੰ ਸ਼ੱਕ ਹੈ ਉਹਨਾਂ 'ਤੇ ਹੈ, ਅਤੇ ਬਾਕੀ ਪੜਤਾਲ ਚੱਲ ਰਹੀ ਹੈ। ਕਿੰਨੇ ਫਾਇਰ ਕੀਤੇ ਗਏ ਨੇ ਸਰ? ਦੋ ਫਾਇਰ ਕੀਤੇ, ਦੋ ਕਰ ਰਹੇ ਵੈਰੀਫਾਈ ਸਾਰਾ ਇਹਨਾਂ। ਹੀ ਬੀ 'ਚੋਂ ਨਾ ਆਪਣਾ ਕੌਫੀ ਪੀ ਕੇ ਨਿਕਲ ਰਿਹਾ ਸੀ। ਕਿਹੜਾ ਇਲਾਕਾ? BRS ਕਿੱਥੇ? ਸਰਾਬਾ ਨਗਰ ਕਾਰਪੋਰੇਸ਼ਨ ਦੇ ਕੋਲ ਡੀ ਜ਼ੋਨ ਦੇ ਬਾਹਰ, ਉਹ ਹੀ ਬੀ 'ਚੋਂ ਕੌਫੀ ਪੀ ਕੇ ਬਾਹਰ ਨਿਕਲ ਰਹੇ ਸੀ ਤਿੰਨ ਫਰੈਂਡ ਸੀਗੇ, ਅਤੇ ਇੱਕਦਮ ਕਿਸੇ ਗੱਡੀ ਨੇ ਇਹਨਾਂ ਦਾ ਪਿੱਛਾ ਕੀਤਾ, ਇਹਨਾਂ ਨੂੰ ਐਂ ਲੱਗਿਆ ਵੀ ਕੋਈ ਗੱਡੀ ਪਿੱਛਾ ਕਰ ਰਹੀ ਹੈ, ਅਤੇ ਇਹਨਾਂ ਨੇ ਦੇਖਿਆ ਅਤੇ ਇਹਨਾਂ 'ਚ ਨਾਲ ਲਿਆ ਕੇ ਉਹਨਾਂ ਨੇ ਗੱਡੀ ਮਾਰੀ, ਅਤੇ
ਦੋ ਤਿੰਨ ਵਾਰੀ ਅੱਛੀ ਤਰ੍ਹਾਂ ਗੱਡੀ ਮਾਰੀ ਅਤੇ ਬਿਲਕੁਲ ਗੱਡੀ ਡੈਮੇਜ ਕਰਤੀ। ਫਿਰ ਉਹਨਾਂ ਨੇ ਨਾਲ ਹੀ ਫਾਇਰਿੰਗ ਸ਼ੁਰੂ ਕਰਤੀ, ਉਹਨਾਂ ਨੇ ਅੰਧਾਧੁੰਦ ਫਾਇਰਿੰਗ ਕੀਤੀ ਇਹਨਾਂ 'ਤੇ ਨਾ, ਅਤੇ ਇਹ ਨਹੀਂ ਪਤਾ ਕਾਫੀ ਗੋਲੀਆਂ ਚੱਲੀਆਂ ਅਤੇ ਗੋਲੀਆਂ ਅਜੇ ਵੀ ਗੱਡੀ ਦੇ ਵਿੱਚ ਨੇ, ਇੱਕ ਨੀਚੇ ਵੀ ਆ ਗੱਡੀ ਦੀ ਡੋਰ 'ਤੇ ਵੀ ਲੱਗੀ ਹੋਈ ਹੈ, ਸਾਰੇ ਸ਼ੀਸ਼ੇ ਸ਼ੂਸ਼ੇ ਸਭ ਡੈਮੇਜ ਹੋ ਗਏ। ਅਤੇ ਇਹਨਾਂ ਨੇ ਪਹਿਲਾਂ ਵੀ ਫਾਇਰਿੰਗ ਕੀਤੀ ਸੀ, ਉਹ 'ਚ ਦੋ ਮੁੰਡਿਆਂ ਨੂੰ ਪਹਿਲਾਂ ਗੋਲੀ ਲੱਗੀ ਸੀ ਅਤੇ ਉਹ ਫੜੇ ਨਹੀਂ ਗਏ, ਇਸ ਲਈ ਉਹਨਾਂ ਦੇ ਜ਼ਿਆਦਾ ਹੀ ਹੌਸਲੇ ਬੁਲੰਦ ਹੋਏ ਹੋਏ ਆ ਵੀ ਕੋਈ ਕਾਰਵਾਈ ਨਹੀਂ ਹੋਈ। ਇਹ ਇੱਕ ਤਾਂ ਆਰੀਅਨ ਮੁੰਡਾ ਹੈ, ਮੈਨੂੰ ਪ੍ਰੋਪਰ ਨਾਮ ਨਹੀਂ ਪਤਾ ਉਹਨਾਂ ਦੇ, ਇੱਕ ਕੋਈ ਭੂਰਾ ਭੂਰਾ ਮੁੰਡਾ ਹੈਗਾ ਜਿਨ੍ਹਾਂ ਨੂੰ ਦੀਪਾ ਭੂਰੇ ਵਾਲਾ ਜੀ, ਦੋ ਜਾਣੇ ਪਹਿਚਾਣੇ ਗਏ ਆ। ਰੰਜਿਸ਼ ਕੋਈ ਨਹੀਂ, ਇਹ ਤਾਂ ਇਹਨਾਂ 307 'ਚ ਮੇਰਾ ਬੇਟਾ ਗਵਾਹ ਹੈ, ਜਦੋਂ ਪਹਿਲਾਂ ਇਹਨਾਂ ਨੇ ਫਾਇਰਿੰਗ ਕੀਤੀ ਸੀ, ਦੋ ਬੱਚਿਆਂ ਦੇ ਪਹਿਲਾਂ ਗੋਲੀ ਲੱਗੀ ਸੀ ਅਤੇ ਉਹ ਉਹਨਾਂ ਦੇ ਇਹਨਾਂ ਦੇ ਨਾਮ ਪਰਚੇ 'ਤੇ ਦਰਜ ਨੇ ਉਸ 'ਚ ਵੀ ਅਣਪਛਾਤਿਆਂ 'ਚ, ਅਤੇ ਇਸ ਕਰਕੇ ਉਹਨਾਂ ਨੇ ਫਾਇਰਿੰਗ ਕੀਤੀ ਹੈ। Weil keiner spricht, tauchen ab, sehen nix, denn der Nebel zu dicht. Morgen ist jetzt scheißegal, wir geben komplett Gas. Ja, hol doch die Bulle.